ਡੈਡੀ ਚੱਲੇ, ਡੈਡੀ ਕਿੱਥੇ ਚੱਲੇ? ਆਹੋ ਤੁਹਾਡਾ ਭਲਾ ਹੋ ਜੇ, ਬੜੀ ਮਾੜੀ ਗੱਲ ਹੋਈ। ਚਲੋ ਜਾਓ ਫਿਰ, ਹੋਵੋ ਹੋਵੋ। ਮੈਂ ਕਿਹਾ ਪਤਾ ਨਹੀਂ, ਮੈਨੂੰ ਮੈਨੂੰ ਨਹੀਂ ਪਤਾ, ਮੈਂ ਕਿਹਾ ਪਤਾ ਨਹੀਂ ਕਿੱਥੇ ਚੱਲੇ ਜੀ। ਮੈਂ ਕਿਹਾ ਕਿਰਨ ਹੋਣਾ ਨਾ ਚੱਲੇ, ਤੁਸੀਂ ਤਿਆਰ ਹੋ ਕੇ। ਇਸ ਵਲੋਗ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਵਾਂ ਵੀ ਡੈਡੀ ਜੀ ਗਏ ਸੀਗੇ ਕੱਲ੍ਹ ਕਿ ਪਰਸੋਂ ਗਏ ਸੀਗੇ ਨਾਮ ਕਢਵਾਉਣ ਦੇ। ਮੈਂ ਪਿਛਲੇ ਵਲੋਗ ਦੇ ਵਿੱਚ ਹੀ ਪਾਇਆ ਸੀਗਾ ਅਤੇ ਮੁੜ ਕੇ ਭਾਅ ਜੀ ਹੋਣਾਂ ਨੇ ਮੈਨੂੰ ਮਨਾ ਕਰ ਦਿੱਤਾ ਸੀਗਾ ਵੀ ਅਜੇ ਨਹੀਂ ਦੱਸਣਾ ਵੀ ਕੀ ਅਕਸ਼ਰ ਨਿਕਲਿਆ ਵਾ। ਅਤੇ ਇਸ ਵਲੋਗ ਦੇ ਵਿੱਚ ਦੱਸ ਦੇਵਾਂ ਵੀ ਡੈਡੀ ਜੀ ਗਏ ਸੀਗੇ ਗੁਰਦੁਆਰਾ ਸਾਹਿਬ, ਵਾਕ ਦੇ ਵਿੱਚੋਂ ਹਾਹਾ ਅਕਸ਼ਰ ਨਿਕਲਿਆ। ਸਾਡੀ ਹਰ ਕੋਈ ਰੋ ਹਾਹਾ ਅਕਸ਼ਰ ਨਿਕਲਿਆ ਵਾ। ਸਾਰੇ ਜਣੇ ਜ਼ਰੂਰ ਨਾਮ ਦੱਸੋ ਕੀ ਨਾਮ ਰੱਖੀਏ ਵੀ, ਅਤੇ ਫਿਰ ਕਮੈਂਟ ਕਰਦੇ ਵੀ ਰੱਖ ਤਕੜੇ ਤਕੜੇ ਜੀ, ਠੀਕ ਹੈ। ਜਿਹੜਾ ਖਾਸ ਕਰਕੇ ਮੈਂ ਤੁਹਾਨੂੰ ਦੱਸਦਾ ਵੀ ਹਾਹਾ ਅੱਖਰ ਆ ਹੁਣ, ਅਤੇ ਉਹਦੇ ਤੋਂ ਤੁਸੀਂ ਨਾਮ ਦੱਸਣੇ, ਦੂਸਰਾ ਕੋਈ ਵੀ ਨਾਮ ਨਾ ਦੱਸਿਓ, ਕਿਉਂਕਿ ਭਾਅ ਜੀ ਹੁਣਾਂ ਨੇ ਇਹ ਚੀਜ਼ ਪੱਕਾ ਕਹਿਤੀ ਵੀ ਹਾਹੇ ਤੋਂ ਹੀ ਹੁਣ ਨਾਮ ਰੱਖਣਾ ਹੈ। ਅਤੇ ਇਹ ਤੁਹਾਨੂੰ ਕਨਫਰਮ ਕਰਦਾ, ਹੋਰ ਕੋਈ ਨਾਮ ਨਾ ਹੁਣ ਦੱਸਿਓ, ਜਿੱਦਾਂ ਹੋਰ ਕੇ ਅੱਖਰ ਤੋਂ ਹਾਹੇ ਤੋਂ ਹੀ ਸਾਰੇ ਜਣੇ ਦੱਸਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਪੰਜਵੇਂ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਵੱਲੋਂ ਉਚਾਰਨ ਕੀਤੇ ਗਏ ਢੋਡੀ ਰਾਮ ਦੇ ਅੰਦਰ ਜੋ ਵਾਕ ਹਨ, ਹਾਹਾ ਅੱਖਰ ਸ਼ਬਦ ਦਾ ਪਹਿਲਾ ਅੱਖਰ ਹੈ। ਸੋ ਹਾਹੇ ਅੱਖਰ ਤੋਂ ਆਪਣੇ ਦੇ ਬੱਚੇ ਦਾ ਨਾਮਕਰਨ ਪਰਿਵਾਰ ਕਰ ਸਕਦਾ ਹੈ। ਸਤਿਗੁਰੂ ਜੀ ਨੇ ਬਾਤ ਬਖਸ਼ਿਸ਼ ਕੀਤੀ ਹੈ, ਆਪ ਜੀ ਨੇ ਅਨੇਕਾਂ ਖੁਸ਼ੇ ਬਖਸ਼ਿਸ਼ ਦਿੱਤੇ ਹਨ। ਸਤਿਗੁਰੂ ਜੀ ਕਿਰਪਾ ਕਰਨ, ਭਚੰਗੀ ਦੇ ਸਿਰ 'ਤੇ ਮਿਹਰ ਪ੍ਰਾਪਤ ਕਰਨ, ਖੁਸ਼ੀਆਂ ਦੇ ਕਰਕੇ ਅੰਦਰੋਂ ਨਿਹਾਲਗਲ ਹਰ ਵਿਸਤ ਸਦਾ ਕੁਮਾਰੀ ਆਹਾ ਅੱਖਰ ਨੂੰ ਸਾਡੇ ਪਾਸ ਮਿਲਿਆ ਹੈ। ਆਪ ਜੀ ਪਰਿਵਾਰ ਆਹੇ ਅੱਖਰ ਦੇ ਨਾਮ 'ਤੇ ਬੱਚੇ ਦਾ ਨਾਮ ਕਰ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਅੱਜ ਦੇ ਵਲੋਗ ਦੇ ਵਿੱਚ। ਅਤੇ ਅੱਜ ਦੱਸ ਦਿੱਤਾ ਜੀ ਭਾਅ ਜੀ ਹੋਣਾਂ ਨੇ ਵੀ ਉਹਨਾਂ ਦੇ ਘਰ ਬੇਬੀ ਬੋਏ ਹੋਇਆ ਜੇ ਬੇਬੀ ਗਰਲ, ਅਤੇ ਤੁਸੀਂ ਸਾਰੇ ਜਾਣੇ ਉਹਨਾਂ ਦਾ ਵਲੋਗ ਜਾ ਕੇ ਚੈੱਕ ਕਰ ਲਿਓ ਜੀ। ਅਤੇ ਬਾਕੀ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਵਾ, ਜੇ ਉਹਨਾਂ ਦਾ ਵਲੋਗ ਵੇਖਣਾ ਵੇਖ ਸਕਦੇ ਹੋ। ਬੇਬੀ ਬੋਏ ਹੋਇਆ ਉਹਨਾਂ ਦੇ ਘਰ, ਅਤੇ ਉਹਨਾਂ ਨੂੰ ਫਿਰ ਤੋਂ ਮੇਰੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਦਾ। ਤੁਸੀਂ ਸਾਰੇ ਜਾਣੇ ਨੇ ਬਹੁਤ ਵਧੀਆ ਕਮੈਂਟ ਕੀਤੇ, ਅਤੇ ਨਾਲੇ ਅੱਜ ਦੇ ਵਲੋਗ ਦੇ ਵਿੱਚ ਇਹ ਤੁਹਾਨੂੰ ਦੱਸ ਦਈਏ ਵੀ ਗੁਰਦੁਆਰਾ ਸਾਹਿਬ ਤੋਂ ਡੈਡੀ ਜੀ ਹੁਣ ਗਏ ਸੀਗੇ ਕਢਵਾਉਣ ਵਾਸਤੇ ਨਾਮ, ਅਤੇ ਹਾਹਾ ਅੱਖਰ ਨਿਕਲਿਆ ਆ। ਅਤੇ ਸਾਰੇ ਜਣੇ ਜ਼ਰੂਰ ਦੱਸਿਓ ਵੀ ਹਾਹੇ ਤੋਂ ਕੀ ਨਾਮ ਰੱਖਣਾ ਚਾਹੀਦਾ ਆ। ਵੈਸੇ ਇੱਕ ਬਾਈ ਦਾ ਕਮੈਂਟ ਪਿਛਲੇ ਵਲੋਗ ਦੇ ਵਿੱਚ ਆਇਆ ਸੀਗਾ, ਅਤੇ ਉਹ ਮੈਂ ਸਕਰੀਨਸ਼ੋਟ ਮਾਰ ਕੇ ਰੱਖ ਲਿਆ ਵਾ, ਜੋ ਸਾਡੇ ਦਿਮਾਗ ਦੇ ਵਿੱਚ ਨਾਮ ਚੱਲ ਰਿਹਾ ਆ ਜੋ ਰੱਖਣਾ ਆ ਅਸੀਂ, ਅਤੇ ਜੇ ਉਹ ਵਾਲਾ ਰੱਖਿਆ ਤਾਂ ਫਿਰ ਉਹ ਬਾਈ ਦਾ ਕਮੈਂਟ ਤਾਂ ਮੈਂ ਉੱਪਰ ਲਗਾ ਦਾਂਗਾ ਨੈਕਸਟ ਵਲੋਗ ਦੇ ਵਿੱਚ, ਠੀਕ ਆ। ਜੇ ਨਹੀਂ ਤਾਂ ਤੁਸੀਂ ਵੀ ਕਮੈਂਟ ਕਰਕੇ ਦੱਸੋ ਜੇ ਉਹਦਾ ਨਾਮ ਚੇਂਜ ਕਰ ਦਿੱਤਾ ਗਿਆ ਅਤੇ ਹੋਰ ਕੋਈ ਰੱਖਿਆ, ਤਾਂ ਫਿਰ ਤੁਹਾਡੇ ਇਹਨਾਂ ਕਮੈਂਟਾਂ ਦੇ ਵਿੱਚੋਂ ਫਿਰ ਸਕਰੀਨਸ਼ੋਟ ਮਾਰ ਕੇ ਅਗਲੇ ਵਲੋਗ ਦੇ ਵਿੱਚ ਮੈਂ ਲਾਵਾਂਗਾ। ਅਤੇ ਸੋ ਅੱਜ ਚੱਲੇ ਹਾਂ ਸੰਦੀਪ ਨੇ ਜਿਹੜਾ ਸੂਟ ਇਹ ਕੱਲ੍ਹ ਪਰਸੋਂ ਲਿਆ ਸੀ ਨਾ, ਕਹਿੰਦੀ ਚੁੱਪ ਕਰਦੇ ਨਾ ਦੱਸੀ ਨਾ, ਤੁਹਾਨੂੰ ਦੱਸਦਾ ਮੈਂ ਹੱਸੇ ਵਾਲੀ ਗੱਲ, ਯਾਰ ਇਹ ਚੀਜ਼ ਦੱਸਣੀ ਚਾਹੀਦੀ। ਆਹ ਵਾਲਾ ਸੂਟ ਸੰਦੀਪ ਨੇ ਲਿਆ ਸੀਗਾ, ਅਤੇ ਇਹ ਨਾ ਵੈਸੇ ਨਾ ਕੱਪੜਾ ਸਹੀ ਨਿਕਲਿਆ, ਜ਼ਰੂਰੀ ਆਪਾਂ ਕਿਉਂ ਚੇਂਜ ਕਰਨ ਵਾਸਤੇ ਚੱਲੇ, ਇਹ ਉਹ ਵਾਲਾ ਕੱਪੜਾ ਹੈ ਸੰਦੀਪ ਕਹਿੰਦੇ, ਇਹ ਨਾ ਜਿੰਨਾ ਧੋਈ ਜਾਏਗੀ ਖੁੱਲਦਾ ਹੀ ਜਾਂਦਾ ਇਹ ਕੱਪੜਾ, ਇਹ ਜਿੰਨਾ ਮਰਜ਼ੀ ਟਾਈਟ ਕਰੀ ਜਾਓ ਇਹਨੇ ਖੁੱਲਦਾ ਜਾਣਾ ਕੱਪੜੇ ਨੇ। ਅਤੇ ਇਹ ਵੇਅਰ ਕੀਤਾ ਇੱਕ ਵਾਰੀ, ਅਤੇ ਹੁਣ ਜਾਗਦੇ ਨੇ ਫਿਰ ਧੀੜ ਧੂੜ ਕੇ, ਉਹਨਾਂ ਸਾਰਾ ਸੈੱਟ ਵੈੱਟ ਜਿਹਾ ਕਰਤਾ ਆ, ਅਤੇ ਵੇਖਦੇ ਬਣਾ ਚੇਂਜ ਹੁੰਦਾ ਹੈ, ਟਰਾਈ ਕਰਕੇ ਦੇਖਦੇ ਹਾਂ। ਵੈਸੇ ਤਾਂ ਮੁੰਡਾ ਵਾਕ ਵੀ ਉਹ 10 ਮੈਂ ਉਹਨੂੰ ਦੇਣਾ ਆ ਵੀ ਪਾਇਆ ਵਾ, ਕਿਉਂਕਿ ਵੱਧ ਤੋਂ ਵੱਧ 100 ਰੁਪਏ ਲੈਸ ਕਰ ਲਾ ਆਪਣਾ, ਉਹਨੂੰ ਮੈਂ ਕਹੂੰਗਾ 100 ਨੇ 150 ਰੁਪਈਆ ਜਾਂ 200 ਘੱਟ ਕਰ ਲਾ, ਜੋ ਦੇਣਾ ਦੇ ਦੇਗਾ, ਨਹੀਂ ਵੀ ਦਊ ਤਾਂ ਫਿਰ ਕੋਈ ਗੱਲ ਨਹੀਂ, ਕਹਾਂ ਐਵੇਂ ਧੱਕਾ ਨਹੀਂ ਕਰਨਾ ਵੀ 10 ਦੇਣਾ ਉਹਨੂੰ। ਅਤੇ ਜੇ ਤਾਂ ਕਹੋ ਮੈਂ ਉੱਦਾਂ ਹੀ ਨਹੀਂ ਕਹਾਂਗਾ, ਮੈਂ ਭਾਅ ਜੀ ਇੱਕ ਵਾਰੀ ਪਾਇਆ ਜੀ, ਅਤੇ ਜੇ ਕਹਿ ਦਊ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਚਲਾ ਦਾਂਗੇ, ਜੇ ਨਹੀਂ ਕਹੋਗੇ ਤਾਂ ਮੈਂ ਭਾਅ ਜੀ ਫਿਰ ਜੋ ਜਾਇਜ਼ ਰੇਟ ਵਿੱਚ ਰੱਖਣਾ ਰੱਖ ਲਓ, ਸਾਨੂੰ ਕੋਈ ਹੋਰ ਦੇ ਦਿਓ ਸੂਟ, ਉਹਦੀ ਜਗ੍ਹਾ 'ਤੇ 100 ਰੁਪਈਏ ਹੋਰ ਪਾਵਾਂਗੇ, ਕੁਝ ਹੋਰ ਲੈ ਲਾਂਗੇ, ਕਿਵੇਂ ਕੋਈ ਹੋਰ ਲੈ ਲੂਗੀ।
ਤੇ ਸੋ ਹੁਣ ਆਪਾਂ ਚੇਂਜ ਕਰਵਾਈਏ। ਇਸੇ ਚੱਕਰ ਦੇ ਵਿੱਚ ਸਾਡੀ ਬਹੁਤ ਸਾਰੀ ਲੜਾਈ ਹੋਈ ਸਵੇਰੇ। ਮੈਂ ਕਿਹਾ ਮੈਂ ਚੇਂਜ ਕਰਵਾਉਣੀ ਹੋ ਜਾਣਾ, ਮੇਰੇ ਕੋਲ ਇਹ ਕੰਮ ਨਹੀਂ ਹੁੰਦੇ। ਮੈਂ ਕਿਹਾ ਮੈਂ ਪਾੜ ਕੇ ਸੁੱਟ ਦੂੰਗਾ, ਪਰ ਮੈਂ ਉੱਥੋਂ ਨਵਾਂ ਲੈਣਾ ਲੈ ਲਾ। ਮੈਂ ਮੇਰੇ ਕੋਲ ਇਹ ਕੰਮ ਲੈਣਾ। ਕਹਿੰਦੀ ਨਹੀਂ, ਪੈਸੇ ਨਹੀਂ ਖਰਚਣੇ, ਨਵਾਂ ਨਹੀਂ ਲੈਣਾ, ਭਾਵੇਂ 100 ਰੁਪਏ ਭਾਵੇਂ 200 ਰੁਪਏ, ਨਵਾਂ ਨਹੀਂ ਲੈਣਾ। ਉਹਨੂੰ ਕਹਿਣਾ ਵੀ ਇਹ ਚੇਂਜ ਕਰੋ ਅਤੇ ਇਹਦੇ ਵਿੱਚ ਹੀ ਮਤਲਬ ਸਾਨੂੰ ਦੂਸਰਾ ਦੇ ਦਿਓ। ਅਤੇ ਮੈਂ ਚਾਹੁੰਦਾ ਹਾਂ ਵੀ ਚੱਲ ਅਗਲਾ ਇੰਨਾ ਸ਼ੁਕਰ ਜੇ ਚੇਂਜ ਕਰ ਲਏ, ਮਾਣ ਰੱਖ ਲਏ, 100 ਰੁਪਈਆ ਦੇਣਾ ਵੀ ਪੈ ਜੂ, 200 ਵੀ ਦੇਣਾ ਪੈ ਜੂ ਵਿੱਚ, ਅਤੇ ਠੀਕ ਹੈ ਯਾਰ ਅਗਲੇ ਨੇ ਚੇਂਜ ਕਰ ਲੈਣਾ ਹੈ, ਠੀਕ ਨਹੀਂ ਗਾ। ਅਤੇ ਸੋ ਚੱਲਦੇ ਹਾਂ। ਅਤੇ ਸਭ ਨਾਲੋਂ ਜ਼ਿਆਦਾ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਮੈਂ ਧੰਨਵਾਦ ਕਰਦਾ ਹਾਂ ਯਾਰ। ਧੰਨਵਾਦ ਤੁਹਾਡਾ ਕਰਨਾ ਬਣਦਾ ਆ, ਕਿਉਂਕਿ ਤੁਸੀਂ ਸਾਰੇ ਜਾਣਿਆਂ ਨੇ ਬਹੁਤ ਸਾਰੀ ਸਪੋਰਟ ਕੀਤੀ ਦੀਦੀ ਹੋਣਾਂ ਨੂੰ। ਮਤਲਬ ਤੁਸੀਂ ਬਹੁਤ ਸਾਰੇ ਪੋਜ਼ੀਟਿਵ ਕਮੈਂਟ ਕੀਤੇ, ਦੀਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੈ ਨਾ, ਜਾਂ ਕਿੱਦਾਂ, ਤੁਸੀਂ ਟੈਨਸ਼ਨ ਨਾ ਲਓ, ਮਹਾਰਾਜ ਸਾਰਾ ਕੁਝ ਠੀਕ ਕਰੂਗਾ, ਤੁਹਾਡਾ ਘਰ ਵੀ ਬਣ ਜੂਗਾ ਹੈ ਨਾ, ਅਤੇ ਮਹਾਰਾਜ ਤੁਹਾਨੂੰ ਬੇਬੀ ਵੀ ਦਊਗਾ, ਸਾਰੇ ਕੰਮ ਹੋ ਗਏ ਨੇ, ਹੁਣ ਟੈਨਸ਼ਨਾਂ ਮਤਲਬ ਬਿਲਕੁਲ ਦੂਰ ਹੋ ਗਈਆਂ ਨੇ, ਮਹਾਰਾਜ ਨੇ ਕਰਤੀ ਕਿਰਪਾ। ਅਤੇ ਹੁਣ ਬਸ 1.5 ਮਹੀਨੇ ਤੋਂ ਬਾਅਦ ਸ਼ਾਇਦ 2 ਮਹੀਨੇ ਜਾਂ 3 ਮਹੀਨੇ ਤੱਕ ਫੰਕਸ਼ਨ ਵੀ ਆਪਾਂ ਜ਼ਰੂਰ ਕਰਨਾ, ਅਤੇ ਉਹ ਥੋੜ੍ਹਾ ਫੰਕਸ਼ਨ ਠੀਕ ਠਾਕ ਹੋਏਗਾ, ਜਿੰਨੇ ਕੁ ਜੋਗਾ ਮਤਲਬ ਪਰਮਾਤਮਾ ਸਾਥ ਦੇਈ ਜੂ, ਉਸ ਹਿਸਾਬ ਨਾਲ ਭਾਜੀ ਜਿਹੜਾ ਨੇ ਫੰਕਸ਼ਨ ਕਰਨੇ ਬੱਚੇ ਦਾ, ਅਤੇ ਨਾਲੇ ਥੋੜ੍ਹਾ ਜਿਹਾ ਹੈਲਦੀ ਹੋ ਜੂਗਾ ਨਾ। ਅਜੇ ਬਹੁਤ ਜ਼ਿਆਦਾ ਕਮਜ਼ੋਰ ਹੈ, ਤੁਹਾਨੂੰ ਇਹ ਗੱਲ ਦੱਸ ਦਈਏ ਵੀ ਇੰਨੀ ਕਮਜ਼ੋਰ ਤਾਂ ਮੇਰੀ ਗੁੱਡੀਆ ਵੀ ਨਹੀਂ, ਜਿੰਨਾ ਮਤਲਬ ਉਹਨਾਂ ਦਾ ਬੇਟਾ ਜਿਹੜਾ ਨਹੀਂ ਹੈ ਬਹੁਤ ਜ਼ਿਆਦਾ ਕਮਜ਼ੋਰ ਹੈ, ਬਹੁਤ ਜ਼ਿਆਦਾ ਹੱਥੋਂ ਹੀ ਪਾਰ ਕੇ, ਇੰਨੀ ਮੇਰੀ ਗੁੱਡੀਆ ਕਮਜ਼ੋਰ ਨਹੀਂ ਹੈਗੀ। ਮੈਨੂੰ ਬਹੁਤ ਡਰ ਲੱਗਾ ਜਦੋਂ ਮੈਂ ਚੁੱਕਿਆ ਨਾ, ਮੈਂ ਚੌਂਕੜੀ ਮਾਰ ਕੇ ਬਹਿ ਗਿਆ, ਮੇਰੀ ਗੋਦੀ ਦੇ ਵਿੱਚ ਸੰਦੀਪ ਨੇ ਰੱਖ ਦਿੱਤਾ ਉਹਨਾਂ ਦਾ ਬੱਚਾ, ਅਤੇ ਮੁੜ ਕੇ ਮੈਂ ਕਿਹਾ ਸੰਦੀਪ ਹੁਣ ਤੂੰ ਇੱਦਾਂ ਕਰ ਵੀ ਚੱਕ ਲਾ ਵੀ ਆਪੇ, ਮੈਨੂੰ ਡਰ ਲੱਗਦਾ ਹੈ। ਸੰਦੀਪ ਨੇ ਸਗੋਂ ਮਤਲਬ ਉਹਦੇ ਕੱਪੜੇ ਕੁਪੜੇ ਚੇਂਜ ਕੀਤੇ ਆ, ਅਤੇ ਮੈਨੂੰ ਤਾਂ ਬਹੁਤ ਡਰ ਲੱਗਦਾ। ਹਾਂਜੀ ਚੱਲ ਗਏ, ਮੈਂ ਦੱਸ ਦਿੱਤਾ, ਮੈਂ ਹਾਂ ਉਹ ਸੂਟ ਕਰਕੇ ਬੜੀ ਜ਼ਬਰਦਸਤ ਲੜਾਈ ਹੋਈ, ਡਾਂਗਾ ਸੁੱਟ ਚੱਲ ਚੱਲੇ ਹੁਣੇ ਹੈਂ, ਅਤੇ ਫਿਰ ਲੜਾਈ ਹੋਈ, ਫਿਰ ਮਿਹਣੇ ਅਤੇ ਮਿਹਣਾ ਚੰਗਾ ਚੱਲਿਆ ਲੈ ਵੀ, ਉੱਧਰੋਂ ਵੀ ਆਉਣ ਦੇ, ਇੱਧਰੋਂ ਵੀ ਜਾਣ ਦੇ, ਕਿਉਂਕਿ ਮੈਂ ਆਪਣਾ ਤੀਰ ਚਲਾਏ ਜਿੱਦਾਂ ਆਪਾਂ ਹੁਣ ਟਮਾਨੀਆਂ ਚਲਾਉਂਦਾ ਖਿੱਚ ਗਏ ਉਹ ਵਾਲੇ ਤੀਰ ਚਲਾਏ, ਫਿਰ ਹਵਾ 'ਚ ਕਿ ਨਹੀਂ ਚਲਾਏ ਕਿ ਨਹੀਂ, ਮੈਂ ਦੱਸਦੇ ਲੈ ਯਾਰ ਚਲਾਏ ਆ ਕਿਹਾ, ਪਰ ਵੱਜਾ ਕਿਸੇ ਦੇ ਵੀ ਨਹੀਂ ਬਰਾਬਰ। ਚੱਲ ਬੈਠਣੇ, ਹਰਗੁਣ ਬੜੇ ਚਿਰ ਦੀ ਸੁੱਤੀ ਹੋ, ਅਤੇ ਇਹਨੇ ਹੁਣ ਸੌਣਾ ਨਹੀਂ ਮੁੜ ਕੇ ਵੀ ਸ਼ਾਮਾਂ ਤੱਕ, ਕਿ ਨਹੀਂ ਹੁਣ ਰਾਤ ਨੂੰ ਸੌਂਗੀ। ਚਲੋ ਚੱਲੀਏ ਬਾਜ਼ਾਰ, ਸ਼ੇਰ ਜੀ ਨੇੜੇ ਸੀ ਕਾਲ ਦੱਸ ਦਿੱਤਾ ਜਿਹੜਾ ਜੀ ਹੈ ਨਹੀਂ ਹੋਣਾ ਨੇ ਮੁੰਡਾ ਕੁੜੀ, ਆਪਣਾ ਮੁੰਡਾ ਕਿ ਕੁੜੀ ਆ, ਉਹਨਾਂ ਨੇ ਬਲੌਗ ਦੇ ਵਿੱਚ ਸਾਰੇ ਜਣੇ ਪੁੱਛਣ ਡੇ ਅੱਜ ਦੱਸਿਆ, ਫਿਰ ਮੈਂ ਦੱਸ ਦਿਓ ਵੀ ਹੈ ਨਾ ਵੀ, ਕਿਉਂਕਿ ਸਾਰੇ ਜਣੇ ਕਹਿੰਦੇ ਜੇ ਸਾਨੂੰ ਤੁਸੀਂ ਪਿਆਰ ਕਰਦੇ ਤਾਂ ਦੱਸੋ ਵੀ, ਤਾਂ ਫਿਰ ਉਹਨਾਂ ਨੇ ਦੱਸਤਾ, ਮੈਂ ਚੱਲ ਸਹੀ ਹੈ। ਭੱਜਦੀ ਬੜੀ ਮੰਜੇ ਤੋਂ ਲੱਗੀ ਹੋਣੀ ਜੇ ਡੁੱਬਣਾ ਹੀ ਪੜ੍ਹ, ਆਈਸਕ੍ਰੀਮ ਨਹੀਂ ਲੈਣੀ, ਕੀ ਮੰਗਣ ਡੇ ਫਿਰ? ਅੱਛਾ 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 ਅੱਛਾ, ਲੈ ਵੀ ਜਾਣ ਡੇ ਰਸਤੇ ਦੇ ਵਿੱਚ, ਅਤੇ ਉਹ ਨਿੱਕਰ ਸੂਟ ਕਿੰਨੇ ਪਿਆਰੇ ਲੱਗੇ ਨੇ ਉਹ ਵੇਖੋ ਸਾਹਮਣੇ, ਅਤੇ ਅਤੇ ਸੰਦੀਪ ਕਹਿੰਦੀ ਆ ਚੱਲ ਮੈਂ ਤੈਨੂੰ ਲੈ ਦਿੰਦੀ, ਅਤੇ ਮੈਂ ਚੱਲ ਫਿਰ ਕੁੜੀ ਨੇ 1000 ਰੁਪਈਆ ਜੋੜਿਆ ਜੋੜਿਆ 1000 ਰੁਪਈਆ ਤਾਂ ਲੈ ਨਹੀਂ ਮੈਂ ਡੇ ਯਾਰ, ਚੱਲ ਵੀ ਚੱਕ ਸ਼ੇਰਾ ਚਲੋ ਲੈ ਵੀ ਭਰਾ ਲੱਗਾ ਤਾਂ ਫੋਨ ਐੱਲ ਵਿਖਾ ਦੇ, ਐੱਮ ਵਿਖਾ ਭਲਾ, ਜੇ ਐੱਮ ਸਾਈਜ਼ ਹੈਗਾ ਐੱਮ ਵਿਖਾ ਦਿਓ ਭਲਾ, ਲੈ ਵੀ ਆਹ ਕਹਿੰਦੇ ਸਾਈਜ਼ ਵੱਡੇ ਆ ਅਤੇ ਛੋਟਾ ਸਾਈਜ਼ ਹੋਣਾ ਇਹਨਾਂ ਕੋਲ, ਐੱਲ ਵੀ ਨਹੀਂ ਹੈਗਾ ਅਤੇ ਐੱਮ ਸਾਈਜ਼ ਵੀ ਨਹੀਂ ਹੈਗਾ, ਦੋਨੋਂ ਨਹੀਂ ਹੈਗਾ, ਇਹਨਾਂ ਦੇ ਕੋਲੋਂ ਸਾਈਜ਼ ਨਹੀਂ ਅਵੇਲੇਬਲ ਹੈਗੇ ਜਿਹੜੇ ਚਾਹੀਦੇ ਨੇ, ਵੈਸੇ ਤਾਂ ਐੱਲ ਸਾਈਜ਼ ਹੀ ਆਉਂਦਾ ਆ, ਮੈਂ ਉਹ ਵੈਸੇ ਕਹਿਣ ਵੀ ਐੱਮ ਸਾਈਜ਼ ਭਲਾ ਦੇਖ ਲਈਏ ਟਰਾਈ ਕਰਕੇ, ਇਹ ਕਿਹੜਾ ਬ੍ਰਾਂਡ ਆ, ਕਿਉਂਕਿ ਬ੍ਰਾਂਡ ਦੇ ਵਿੱਚ ਤੁਹਾਨੂੰ ਪਤਾ ਸਾਈਜ਼ ਜਿਹੜੇ ਉਹਨਾਂ ਨੇ ਕਿਹਾ ਤਾਂ ਫਿਰ ਉਹੀ ਸਾਈਜ਼ ਹੁੰਦੇ, ਇਹਦੇ 'ਚ ਐੱਮ ਸਾਈਜ਼ ਵੀ ਐੱਲ ਬਣ ਜਾਂਦਾ ਵਾ, ਕੋਈ ਟੈਗ ਹੀ ਲਾਉਣੀ ਜਿੱਧਰ ਮਰਜ਼ੀ ਲਾਈ ਜਾਊਗਾ, ਚੈੱਕ ਕਰਕੇ ਵੇਖਿਆ ਪਰ ਨਹੀਂ ਗੱਲ ਬਣੀ,
ਭਾਜੀ ਵਧੀਆ ਵਧੀਆ ਸੂਟ ਨਾ ਵਿਖਾ ਦੋ, ਲੋਕੀ ਕਹਿੰਦੇ ਚੰਗੀ ਤਰ੍ਹਾਂ ਸੂਟ ਦਿਖਾਇਆ ਕਰੋ, ਆਪਾਂ ਲੈਣੇ ਹੁੰਦੇ ਉਹ ਦੁਕਾਨ ਤੋਂ। ਸਹੀ ਗੱਲ ਆ, ਸਹੀ ਗੱਲ ਆ, ਮੈਂ ਨੀ ਕਹਿੰਦਾ ਭਾਵੇਂ ਕਮੈਂਟ ਪੜ੍ਹ ਕੇ ਵੇਖੋ, ਲੋਕੀ ਕਹਿੰਦੇ ਵਰਾਇਟੀ ਬੜੀ ਹੈ, ਕਿਹੜੀ ਦੁਕਾਨ ਕਿੱਥੇ ਆ, ਕੀ ਹਿਸਾਬ ਕਿਤਾਬ ਆ, ਤੁਸੀਂ ਆਪੇ ਦੱਸ ਦਿਓ ਐਡਰੈਸ ਮਾੜਾ ਜਿਹਾ। ਬਾਲੇ ਦੀ ਹੱਟੀ ਸਾਹਮਣੇ, ਜੀਟੀ ਰੋਡ ਸਿੰਬਲ ਸਾਹਮਣੇ, ਬੈਂਕ ਆਫ ਇੰਡੀਆ ਬਿਲਕੁਲ। ਅੱਛਾ, ਗੁਰਦਾਸਪੁਰ ਰੋਡ ਜੀਟੀ ਰੋਡ ਤੇ ਸਾਹਮਣੇ ਬੈਂਕ ਹੈ ਜੀ ਬਿਲਕੁਲ। ਓਕੇ ਓਕੇ, ਪਿਓਰ ਕਾਟਨ ਦਾ ਜੀ ਇੱਧਰ ਵੇਖੋ ਰੇਟ, ਤੇ ਜੇ ਨਹੀਂ ਤੇ ਆਹ ਇੰਸਟਾਗ੍ਰਾਮ ਆਈਡੀ ਹੈ ਭਰਾਵਾ, ਸਾਰੇ ਜਣੇ ਵੇਖ ਲਓ ਇਹ ਆ ਜੀ, ਇੱਧਰ ਵੇਖੋ ਰੇਟ ਸਿਰਫ 500 ਰੁਪਏ ਦਾ ਸੂਟ। ਅੱਛਾ ਅੱਛਾ, ਸਿਰਫ 500 ਰੁਪਏ ਦੇ ਵਿੱਚ ਜੀ ਪਲਾਜੋ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ ਜੀ, ਕੋਈ ਸਾਰੇ ਬਟਾਲੇ 'ਚ ਨਹੀਂ ਦੇਗਾ ਜੀ, ਇੰਨੀ ਮੇਰੀ ਗਰੰਟੀ, ਪੂਰਾ 2.5 ਮੀਟਰ ਵੱਡਾ ਦੁਪੱਟਾ ਜੀ। ਇੱਧਰ ਵੇਖੋ ਪਿਓਰ ਕਾਟਨ ਦਾ ਫੈਂਸੀ ਵੀ ਸਿਰਫ 500 ਰੁਪਏ ਦੇ ਵਿੱਚ ਜੀ। ਇਹ ਵੀ ਇਹ ਦੁਪੱਟੇ ਵਧੀਆ, ਇਹ ਸਿਰ ਤੇ ਵੀ ਟਿਕ ਜਾਂਦੇ ਆ ਵੀ, ਪਿਓਰ ਕਾਟਨ ਦੇ ਦੁਪੱਟੇ ਆ ਜੀ, ਕਲਰ ਦੇਖੋ ਉਹਨਾਂ ਦੇ ਕਲਰ ਮੈਚਿੰਗ, ਰੇਂਜ ਇਹਨਾਂ ਦੀ ਸਿਰਫ 500 ਰੁਪਈਆ ਕਲਰ। ਹਾਂ ਦੇਖੋ ਸਾਰਾ ਨਵਾਂ ਮਾਲ ਅੱਜ ਆਇਆ ਜੀ, ਕਲਰ ਵੇਖੋ ਬੜੇ ਬੜੇ ਪਿਆਰੇ ਕਲਰ ਨੇ ਮੱਛਰ, ਆਹ ਦੇਖੋ ਸ਼ੇਡਾਂ ਸਾਈਜ਼ ਵਿੱਚ ਐਲ ਤੋਂ ਲੈ ਕੇ ਡਬਲ ਐਕਸਲ ਤੱਕ ਜੀ, ਸਾਈਜ਼ ਸਾਰੇ ਹੈਗੇ ਇਹਦੇ ਵਿੱਚ, ਨਵਾਂ ਛੁੱਟੂ ਪੁੱਤ 500 ਰੁਪਏ ਖਾਲੀ ਉਦਾਂ ਆਮ ਸਵਾਹੀ ਲੈਂਦੇ, 500 ਰੁਪਏ ਪਿਓਰ ਕਾਟਨ ਦਾ ਕੁੜਤਾ ਨਹੀਂ, ਕੋਈ ਨਾ ਫੜਿਆ ਕੁੜੀਆਂ ਵੱਡੇ ਨਾਲ ਇਹਨਾਂ ਦੇ ਪੂਰੇ ਵੱਡੇ ਦੁਪੱਟੇ, ਵੱਡੀ ਗੱਲ ਪੂਰਾ ਵੱਡੇ ਸਾਈਜ਼ ਦਾ ਦੁਪੱਟਾ ਲੱਗਿਆ ਪਿਓਰ ਕਾਟਨ ਦਾ ਦੁਪੱਟਾ ਜੀ, ਬਹੁਤ ਪਿਆਰਾ ਪੀਸ ਹੈਗਾ ਵਧੀਆ, ਇਹ ਵੀ ਨਹੀਂ ਕਿ ਪਲਾਜੋ ਛੋਟਾ, ਪਲਾਜੋ ਵੇਖੋ ਸਾਈਜ਼ ਦੇ ਹੁੰਦੇ ਨਿੱਕੇ ਨਿੱਕੇ ਪਲਾਜੋ ਲੱਗੇ ਹੁੰਦੇ, ਖੁੱਲ੍ਹਾ ਵੱਡਾ ਪਲਾਜੋ ਜੀ, ਬੜਾ ਪਿਆਰਾ ਪੀਸ ਬਣਿਆ ਤਾ, ਇੱਕ ਆਇਆ ਇਹਦੇ 'ਚ ਇਹ ਵਾਲਾ, ਇੱਕ ਮਿਲੇਗਾ ਤੁਹਾਨੂੰ ਆਹ ਚੀਜ਼, ਇਹ ਮਿਲੇਗਾ ਤੁਹਾਨੂੰ 850 ਰੁਪਏ ਵਿੱਚ, ਆਹ ਦੇਖੋ ਚੀਜ਼ ਪਿਓਰ ਐਕਸਪੋਰਟ ਕਾਟਨ ਦੇ ਵਿੱਚ ਪੀਸ ਹੈ ਜੀ, ਹਾਂ ਦੇਖੋ ਬਾਜ਼ਾਰ 1100-1200 ਦਾ ਥੱਲੇ ਪੀਸ ਨਹੀਂ ਦਿੰਦੇ, ਸਾਈਜ਼ ਇਹਦੇ ਵਿੱਚ ਐਲ ਤੋਂ ਲੈ ਕੇ 3XL ਤੱਕ ਸਾਈਜ਼ ਹੈਗਾ, ਆਹ ਦੇਖੋ ਪੈਂਟ ਬਣੀ ਦੇ ਨਾਲ ਜੀ, ਪ੍ਰੋਪਰ ਪਿਓਰ ਕਾਟਨ ਦੇ ਪੈਂਟ 'ਚ, ਆਹ ਦੇਖੋ ਚੀਜ਼ 850 ਰੁਪਏ ਦੇ ਵਿੱਚ, ਆਹ ਲੋ ਦੁਪੱਟਾ ਦਾ, ਚੀਜ਼ ਨਹੀਂ ਹਲਕੀ ਲਿਆਈ ਦੀ, ਮਾੜੀ ਚੀਜ਼ ਦੇਖ ਕੇ ਲੰਬੇ ਨਹੀਂ ਲੈਣੇ ਗਾ ਕੋ, ਪੂਰੇ ਵੱਡੇ ਦੁਪੱਟੇ ਕਾਟਨ ਦੇ, ਕੋਈ ਨਿੱਚ ਨਹੀਂ ਹੋਏਗਾ, ਪੂਰਾ ਵੱਡੇ ਸਾਈਜ਼ ਦਾ ਦੇਖੋ ਪੀਸ, ਪਿਓਰ ਕਾਟਨ ਦਾ ਖੁੱਲ੍ਹਾ ਵੱਡਾ ਦੁਪੱਟਾ ਨਾਲ 850 ਰੁਪਏ ਦਾ, ਇਹਦੇ ਕਲਰ ਵੇਖੋ ਕਿਤੇ ਕਲਰ ਬੜੇ ਬੜੇ ਪਿਆਰੇ ਨੇ, ਉਹਨਾਂ ਦੀਆਂ ਸ਼ੇਡਾਂ ਵੀ ਸਾਈਜ਼ ਵੀ ਸਾਰੇ ਨਵੇਂ ਨਹੀਂ ਆਉਣ, ਆਹ ਦੇਖੋ ਤੁਸੀਂ ਵਾਸਤੇ ਦੇਖੋ ਆਪਣਾ ਪੀਸ, ਆਹ ਦੇਖੋ ਕਲਰ ਕਲਰ ਮੈਚਿੰਗ ਬੜੀ ਬੜੀ ਪਿਆਰੀ ਹੈ, ਨਾਲੇ ਪਿਓਰ ਕਾਟਨ ਦੇ ਦੁਪੱਟੇ ਨਾਲ ਵਧੀਆ, ਹੁਣ ਦੇਖੋ ਕਲਰ ਜੇ ਮੰਨ ਲਓ ਸਾਰੇ ਪੀਸ ਫੈਂਸੀ ਦੇ ਵਿੱਚ ਨਹੀਂ, ਕੋਈ ਹੈ ਨਹੀਂ ਪੂਰਾ ਸੂਟ, ਫਰੋਕ ਵੀ ਦਿਖਾਤੀ ਹੈ, ਫਰੋਕ ਵੀ ਹੈ, ਬਹੁਤ ਪਿਆਰਾ ਪੀਸ ਹੈ ਜੀ, ਨਾਲੇ ਤੇ ਆਹ ਦੇਖੋ ਜੀ ਪਲਾਜੋ ਜੇ, ਅਤੇ ਨਾਲ ਡਬਲ ਸ਼ੇਡ ਦਾ ਫੈਂਸੀ ਦੁਪੱਟਾ ਬਣਿਆ ਪੂਰਾ ਵੱਡੇ ਸਾਈਜ਼ ਦਾ, 850 ਰੁਪਏ ਦੀ ਰੇਂਜ 'ਚ ਪੂਰਾ ਸੂਟ ਹੈਗਾ, ਬਹੁਤ ਬਹੁਤ ਪਿਆਰਾ ਜੀ, ਇਹਦੇ ਕਲਰ ਦੇਖੋ ਕਿਹਦੇ ਨਾਲ ਲੋਕਾਂ ਦੇ ਕਲਰ ਬੜੇ ਬੜੇ ਪਿਆਰੇ ਪੀਸ ਬਣੇ ਜੀ, ਕਲਰ ਵੀ ਫੈਂਸੀ ਕਲਰ ਨੇ ਸਾਰੇ, ਆਹ ਸ਼ੇਡਾਂ ਹਾਂਜੀ ਪੁਰਾਣੀਆਂ, ਹਾਂ ਹਾਂ ਸੰਦੀਪ ਕਿੰਨਾ ਸੋਹਣਾ ਯਾਰ, ਹਾਂ ਆਹ ਆਹ ਕਿੰਨਾ ਸੋਹਣਾ, ਹੈਲੋ ਆਹ ਆਹ ਕਲਰ ਟੀਚਰ ਪ੍ਰਿੰਟ ਹੈ ਸਾਰਾ, ਆਹ ਆਹ ਕਿੰਨਾ ਪਿਆਰਾ ਜੀ, ਨਹੀਂ ਸਹੀ ਲਗਾ ਵੇਖ ਤੂੰ, ਆਹ ਠੀਕ ਹੈ, ਹਾਂ ਸਹੀ ਆ, ਸੁਖੀਰ ਕਹਿੰਦੀ ਸਹੀ ਹੈ, ਹਾਂ ਜੀ ਨਾਲ ਦੁਪੱਟਾ ਦੇ ਨਾਲ ਸੁਖੀਰ ਵਧੀਆ ਜੀ, ਉਹਦਾਂ ਨੇ ਨਾ ਜੀ ਬਸ ਕਲਰ ਵਾਧੂ ਨੇ, ਕਲਰ ਸਾਰੇ ਨਵੇਂ ਆਏ ਆ, ਕਲਰ ਜਿਹੜੇ ਆ ਦੇਖੋ ਬੜੇ ਬੜੇ ਪਿਆਰੇ ਪੀਸ ਬਣੇ ਹੋਏ ਆ, ਹਾਂ ਜੀ
ਵਰਾਇਟੀ ਵਾਧੂ ਹੈ ਤਾਂ ਮਤਲਬ ਵਰਾਇਟੀ ਨਹੀਂ ਮੁੱਕਦੀ, ਬੰਦਾ ਆਉਣ ਵਾਲਾ ਬਣੇ। ਥੱਲੇ ਤੁਰਨਾ, ਥੱਲੇ ਤੁਰਨਾ ਪੁੱਤ ਨੇ। ਦੁਪੱਟੇ ਵੱਖਰੇ ਲੈਣੇ ਪੈਂਦੇ ਆ, ਪਜਾਮੇ ਫਰੋਕਾਂ, ਸਿੰਗਲ ਕੁੜਤੇ ਖੇਡਣ ਡੀ। ਬਹੁਤ ਗੁੜੀਆ ਰੌਲਾ ਪਾਉਂਦੀ ਹੈ, ਬਹੁਤ ਜ਼ਿਆਦਾ। ਰੋਕਾਂ ਵੇਲੇ ਢੇਰ ਲਾ ਤਾ ਨਾ, ਵਿਖਾਉਣ ਲੱਗਿਆ ਨਾ, ਉਂਗਲ ਬਾਹਰ ਗੰਦਾ ਰਾਜ ਉੱਪਰ ਹੀ। ਚਲੋ ਜੀ, ਲੈ ਵੀ ਪਜਾਮੇ ਚੈੱਕ ਕਰੋ, ਵੇਖੋ ਤੁਸੀਂ ਇਹ ਭਾਅ ਜੀ, ਉਹ ਆਪਣਾ ਸਟ੍ਰੈਚੇਬਲ ਜਿਹਾ ਚੈੱਕ ਕਰਾਇਆ ਕਰੀਏ। ਇਹ ਚੀਜ਼ ਦੇਖੋ ਜੀ, ਫੁੱਲ ਸਟ੍ਰੈਚੇਬਲ ਹੈ, ਔਰ ਸਾਈਜ਼ ਦੀ ਕੋਈ ਟੈਨਸ਼ਨ ਨਹੀਂ, ਜਿਹੜਾ ਮਰਜ਼ੀ ਪਾਵੇ ਹਰ ਇੱਕ ਨੂੰ ਆਉਂਦਾ ਵਾ। ਖੁੱਲੇ ਵੱਡੇ ਸਾਈਜ਼ ਆ, ਦੇਖੋ ਵੀ ਉਹ ਜਿੱਦਾਂ ਇੱਕ ਇੱਕ ਕੁੜੀ ਨੇ ਵੀਡੀਓ ਬਣਾਉਂਦੀ, ਦਾਦੀਆਂ ਮਾਮੀਆਂ ਚਾਚੀਆਂ ਸਾਰੀਆਂ ਪਾਓ, ਬਸ ਉਹ ਚੀਜ਼ਾਂ ਨੇ ਵੀ ਵਧੀਆ ਵਿੱਚ ਬਣਾਏ। ਜਿਹੜਾ ਮਰਜ਼ੀ ਕਲਰ ਲੈ ਲੈ, ਅੰਦਰ ਕਲਰ ਨੇ ਆ, ਦੇਖੋ ਕਲਰ ਬਲੈਕ ਕਲਰ, ਅੱਛਾ ਬਲੈਕ ਕਲਰ, ਬਲੈਕ ਜੇ ਆ ਲੋ, ਗ੍ਰੇ ਲਾਈਟ ਹਾਂ, ਹਲੋ ਲੈ ਵੀ ਆਪਾਂ ਪਹੁੰਚ ਗਏ ਆ ਆਪਣੀ ਦੁਕਾਨ ਤੇ। ਕੀ ਲੈਣਾ ਚੱਲ ਦੱਸ ਦੋ, ਮਿਲੂਗਾ ਕੀ ਦੱਸ ਕੀ ਲੈਣਾ ਨਾਲ ਜੋੜ ਕੇ ਵੇਖਣ ਡੀ ਵੀ ਆਹ ਮੇਰਾ ਹੋ ਗਿਆ, ਆਹ ਕਿੰਨੀ ਪਿਆਰੀ ਹਨਾ, ਬਾਈ ਨੰਬਰ ਖੜੇ ਹੋ, ਸ਼ੂਤੂ ਬਾਈ ਖੜੇ ਜੋ, ਖੜੇ ਜੋ, ਖੜੇ ਜੋ, ਮੈਨੂੰ ਡਰਨਾ, ਮੈਂ ਬਾਹਰ ਨਿਕਲ ਜਾ ਜਾ।
ਜਾ ਹੁਣ ਨਹੀਂ ਮੈਂ ਇੱਥੇ ਇੱਥੇ ਨਹੀਂ ਜਾਂਦੀ ਉਹ ਡਰਦੀ ਆ ਉਹਨੇ ਨਹੀਂ ਜਾਣਾ ਗਾੜੀ ਦੇਖਿਆ ਮੈਂ ਤੁਹਾਨੂੰ ਸਾਹਿਬ ਬਾਹਰ ਨਹੀਂ ਜਾਂਦੀ ਡਰਦੀ ਆ ਵੀ ਸੂਟ ਬੜਾ ਪਿਆਰਾ ਯਾਰ ਹੈਨਾ ਹੋ ਗਏ ਆਪਾਂ ਦੁਕਾਨ ਤੋਂ ਫ੍ਰੀ ਅਤੇ ਮੈਂ ਸੋਚਿਆ ਵੀ 10 ਮਿੰਟ ਕਰਨ ਦੀ ਵੱਲੋਂ ਹੋ ਜਾਈਏ ਆਖਣ ਨਾ ਵੀ ਆਏ ਨਹੀਂ ਹੋਈ ਨਾਲੇ ਵੇਖੀਏ ਭਲਾ ਵੀ ਸ਼ੇਰ ਕੱਢਾ ਹੋਇਆ ਨਹੀਂ ਪਹੁੰਚਣ ਵਾਲੇ ਨੇੜੇ ਨੇੜੇ ਹੀ ਆਏ ਸੀ ਨਾ ਅਤੇ ਮੈਂ ਚੱਲ ਲਾਗੋਂ ਦੇਖਾ 5 ਮਿੰਟ ਦੇ ਮੈਂ ਉਹ ਚੱਲਦੇ ਹਾਂ ਗੰਢੇ ਆ ਲੜਾਈ ਹੋਣ ਦੀ ਲੜਾਈ ਪੁੱਤਰਾ ਵਧਾਈ ਹੋਵੇ ਪੁੱਤਰਾ ਵਧਾਈਆਂ 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 ਹੋਣ ਬਾਹਰ ਆਓ ਬੂਹੇ ਨਹੀਂ ਮਾਰੀ ਦੇ ਹੁੰਦੇ ਵਧਾਈਆਂ ਵੇ ਪੁੱਤਰਾ ਕਿੱਥੇ ਕਾਕਾ ਅਰਗਣ ਕਾਕਾ ਕਿੱਥੇ ਲਾਡੀ ਕਰ ਪਾਨ ਪੈਰ ਤੇ ਪਾਨ ਲਾਡੀ ਕਰ ਆ ਦੀਦੀ ਨੇ ਲਾਡੀ ਕੀਤੀ ਹੈ ਪਾਨ ਮੈਂ ਨਾ ਭਾਜੀ ਦੇ ਨਾਲ ਤੇ ਦੀਦੀ ਦੇ ਨਾਲ ਨਾ ਬਹੁਤ ਜ਼ਿਆਦਾ ਮਖੌਲ ਕਰਨ ਡਿਆ ਸੀ ਤੇ ਮੈਂ ਕਿਹਾ ਮੈਂ ਪਤਾ ਕੀ ਨਾਲ ਪਿਆਰ ਦੇ ਨਾਲ ਰੱਖਿਆ ਵਾ ਮੈਂ ਰੱਖਿਆ ਤੇ ਮੈਂ ਮੰਮੀ ਚਲ ਗਈ ਤੇ ਮੈਂ ਨਾ ਦੀਦੀ ਨੂੰ ਤੇ ਭਾਜੀ ਨੂੰ ਪਤਾ ਕੀ ਮਖੌਲ ਕਰਨ ਡਿਆ ਮੈਂ ਬਸਣ ਸਿੰਘ ਮੈਂ ਰੱਖਣਾ ਵਾ ਕਾਕੇ ਦਾ ਨਾਮ ਬਸਣ ਸਿੰਘ ਮੈਂ ਬਸਣ ਸਿੰਘ ਦਾ ਕੀ ਹਾਲ ਬਸਣ ਸਿੰਘ ਠੀਕ ਹੈ ਮਾਰ ਤਾਂ ਲੱਤਾਂ ਕਦੇ ਬਸਣ ਸਿੰਘ ਹੈ ਰਾਤ ਨੀ ਸੌਂਦਾ ਵੀ ਆਪਣਾ ਹਰਗੁਣ ਵਾਂਗੂ ਕਰਦਾ ਫਿਰ ਨੀ ਅਜੇ ਤੰਗ ਕਰਨਾ ਹੁੰਦੇ ਰਾਜੇ ਬੇਬੀ ਬੋਏ ਜਾਂ ਬੇਬੀ ਗਰਲ ਦੱਸਦਾ ਚਲੋ ਵਧੀਆ ਵਧੀਆ ਬਹੁਤ ਵਧੀਆ ਗੱਲ ਹੈ ਆਓ ਤੁਹਾਨੂੰ ਅੱਜ ਨਾ ਮਤਲਬ ਬਸਣ ਸਿੰਘ ਦੀਆਂ ਲੱਤਾਂ ਦਿਖਾਉਣਾ ਹੈ ਇਹ ਬਸਣ ਸਿੰਘ ਦੀਆਂ ਲੱਤਾਂ ਦੇਖੋ ਤੁਸੀਂ ਬਹੁਤ ਪਿਆਰੀਆਂ ਆਹ ਦੇਖੋ ਬਸਣ ਸਿੰਘ ਦੇ ਪੈਰ ਵੇਖੋ ਮੈਂ ਪਿਆਰ ਨਾ ਰੱਖਿਆ ਨਾ ਬਸਣ ਸਿੰਘ ਬਸ ਇਹ ਮੇਰਾ ਤੇ ਬਸਣ ਆ ਬਸਣ ਸਿੰਘ ਦੇ ਹੱਥ ਵੇਖੋ ਤੁਸੀਂ ਹੈਂ ਕਿਆ ਹੀ ਬਾਤ ਹੈ ਕਿਆ ਹੀ ਬਾਤ ਦੂਜਾ ਹੱਥ ਵੇਖੋ ਬਸਣ ਸਿੰਘ ਦਾ ਟਿੰਡ ਵੇਖੋ ਟਿੰਡ ਬਸਣ ਸਿੰਘ ਦੀ ਕੀ ਨਾਂ ਰੱਖਿਆ ਭਲਾ ਬਸਣ ਸਿੰਘ ਸਹੀ ਗੱਲ ਆ ਮੈਂ ਤੇ ਪਿਆਰ ਨਾ ਪਾ ਬਸਣ ਸਿੰਘ ਕਹਿਣਾ ਤੁਸੀਂ ਜਿਹੜਾ ਮਰਜ਼ੀ ਰੱਖੋ ਨਾ ਮੈਂ ਮੇਰਾ ਤੇ ਭਾਈ ਮੇਰੇ ਵਾਸਤੇ ਬਸਣ ਸਿੰਘ ਆ ਵੀ ਕਿ ਨਹੀਂ ਵੀ ਇੰਨੇ ਚਿਰਾਂ ਬਾਅਦ ਆਇਆ ਬਸਣ ਸਿੰਘ ਇਹਦੀ ਵੇਟ ਕਰ ਥੱਕ ਗਏ ਸੀ ਕਿ ਨਹੀਂ ਆਏ ਹੋਏ ਬਸਣ ਸਿੰਘ ਨੇ ਕੰਨਣ ਵਾ ਤਲਵਾਰ ਤਾਂ ਜੀ ਇੱਕੋ ਰਾਤ ਜੀ ਅਜੇ ਇੱਕ ਦੋ ਰਾਤਾਂ 'ਚ ਹੈ ਅਸਲ 'ਚ ਗਰਮੀ ਹੈ ਨਾ ਹੋਰ ਨਹੀਂ ਕੋਈ ਚੱਕਰ ਵਾਲੀ ਗੱਲ ਕੋਈ ਗੱਲ ਨਹੀਂ ਉਂਗਲ ਨਾ ਗਾਹ ਕਰੀ
ਇੱਧਰ ਦੇਖੋ ਬਸਣ ਸਿੰਘ ਨੂੰ ਵਧਾਈਆਂ ਕਿੰਨੀਆਂ ਮਿਲਣ ਡੀਆਂ। ਅੱਜ ਕਾਫੀ ਜਾਣੇ ਆਏ, ਵਧਾਈਆਂ ਵਧਾਈਆਂ ਦੇ। ਚਲੋ ਇਹ ਵੀ ਕਰਮਾਂ ਵਾਲਾ ਘਰ ਆ, ਉਹਨਾਂ ਦੇ ਘਰੇ ਲੋਕ ਆਉਂਦੇ ਵਧਾਈਆਂ ਮੰਗਣ, ਜਿਹੜਾ ਘਰ ਕਰਮਾਂ ਵਾਲਾ ਵਗਣਾ ਜੀ। ਬਹੁਤ ਪੈਸੇ ਦਿੱਤੇ ਆ ਇਹਨਾਂ ਨੇ। ਮੈਂ ਅੱਜ ਦਾ ਵਲੋਗ ਡਿਆ ਭਾਜੀ ਵੇਖਣ, ਬਹਿਜਾ ਬਹਿਜਾ ਕਰਾਤੀ, ਮੈਂ ਕਿਹਾ ਦੱਸ ਦਿੱਤਾ, ਮੈਂ ਚੰਗੀ ਗੱਲ ਆ। ਬਹੁਤ ਵਧਾਈਆਂ ਦਿੱਤੀਆਂ ਭਾਜੀ, ਧੰਨਵਾਦ ਕਰ ਦਿਓ ਸਾਰੇ ਜਾਣੇ ਦਾ। ਚੰਗਾ ਆਪਣੇ ਵਲੋਗ 'ਚ, ਮੇਰੇ 'ਚ ਨਹੀਂ, ਆਪਣੇ 'ਚ ਠੀਕ ਹੈ। ਮਸਣ ਸਿੰਘ ਨੇ ਚੁੱਕਿਆ ਵਾ, ਸੰਦੀਪ ਨੇ ਪੈਸੇ ਤਾਂ ਸਾਰੇ ਲੈ ਲਏ, ਕਹਿੰਦੇ ਲੈ ਲਏ ਪੈਸੇ। ਮੈਨੂੰ ਦੱਸੋ ਵੀ ਵਾਪਸ ਲਈ ਗੱਲ ਕਰੋ ਨੀ, ਸਾਰੇ ਪੈਸੇ ਲਈ ਜਾਂਦੇ, ਕਰਨਾ ਕੀ ਹੈ। ਨਹੀਂ ਨਹੀਂ ਉਹ ਲੱਗਾ ਧੁੱਪਿਆ, ਉਹ ਮੁੜ ਕੇ ਸ਼ਾਮੀ ਆਉਂਦਾ ਹੁੰਦਾ ਘਰੇ, ਨਹੀਂ ਉੱਧਰੋਂ ਤਾਂ ਆ ਗਏ ਆ, ਉੱਧਰੋਂ ਆ ਗਏ, ਡੈਡੀ ਘਰੇ ਸੀਗੇ। ਹਾਂ ਚਲੋ ਠੀਕ ਆ, ਓਕੇ ਸਤਿ ਸ਼੍ਰੀ ਅਕਾਲ, ਆਇਓ ਫਿਰ ਭਾਜੀ। ਆ ਦਰਵਾਜ਼ਾ ਜਿਹੜਾ ਨਹੀਂ ਉਹ ਪਰਲੀ ਸਾਈਡ ਥੋੜ੍ਹਾ ਨੀਚੇ ਡਿੱਗ ਪਿਆ ਵਾ, ਅਤੇ ਇਹ ਡੈਡੀ ਲੱਗੇ ਨੇ ਕੱਸਣ। ਆ ਪਹਿਲਾਂ ਟਰੇ ਜੀ ਉੱਤੋਂ ਲਾਉਣੀ ਪੈਣੀ ਆ ਜਿਹੜੀ ਪਲੇਟ ਜੀ, ਇਹ ਲਾ ਕੇ ਕੱਸੇ ਜਾਣਾ ਨਾ ਹੈ ਨਾ ਜੀ, ਇਹਦੇ ਵੇਚਿਆ ਮਸ਼ੀਨ ਹੈ ਨਾ। ਅਤੇ ਇਹ ਉੱਧਰਲੀ ਸਾਈਡ ਨਾ ਸਾਡੇ ਢਲਾਣ ਬਹੁਤ ਜ਼ਿਆਦਾ ਆ। ਆਹ ਵੇਖੋ ਇੱਥੋਂ ਦਰਵਾਜ਼ਾ, ਆਹ ਅਤੇ ਉੱਧਰੋਂ ਉਚਾਈ, ਮੈਂ ਇੱਧਰਲੀ ਸਾਈਡ ਦਾ ਢਲਾਣ ਆ। ਅਤੇ ਆਹ ਵੇਖੋ ਦਰਵਾਜ਼ਾ, ਅੱਧੀ ਇੰਚੀ ਡੈਡ ਜੀ ਹੈ ਕਿ ਜ਼ਿਆਦਾ ਹੈ, ਅੱਧੀ ਪੌਣੀ ਇੰਚੀ ਹੈਗੀ ਨਾ, ਇੰਨਾ ਫਰਕ ਆ। ਉਹ ਉੱਥੇ ਕਰਨਾ ਗੈਪ ਆ, ਅਤੇ ਉਹ ਪਰਲੀ ਸਾਈਡ ਗੈਪ ਹੈ ਹੀ ਨਹੀਂ ਉੱਧਰ। ਅਤੇ ਮੈਂ ਹਾਂ ਇਹੋ ਝਟਕਾ ਮਾਰੇ, ਦਰਵਾਜ਼ਾ ਇਹਨਾਂ ਡਿੱਗ ਪਏ, ਖੁੱਲਣ ਡੇ, ਬਸ ਠੀਕ ਆ। ਇਹ ਕੀ ਆ, ਹੱਥ ਪਾ ਗਏ ਡੈਡੀ ਜਾਣ ਕੇ ਵੇਲੇ। ਤੂੰ ਤੋੜ ਦੇਣਾ ਫੋਨ ਕਰੋ, ਦਾਦੀ ਨੂੰ ਫੋਨ ਲਾ ਦੋ ਨਾ, ਦਾਦੀ ਨੂੰ ਫੋਨ ਲਾ, ਦਾਦੀ ਹੈਲੋ, ਹਾਂ ਅਰਗੁਣ, ਦਾਦੀ ਨੂੰ ਫੋਨ ਲਾਓ ਨਾ, ਦਾਦੀ ਨੂੰ, ਦਾਦੀ ਨੂੰ ਫੋਨ ਤੇ ਲਾ, ਮੰਮੀ ਬੋਲ ਮਾੜਾ ਜਿਹਾ ਇੱਧਰੋਂ, ਬੋਲੋ ਬੋਲੋ ਦਾਦੀ, ਚਾਪੇ ਤੁਸੀਂ ਸਿਖਾਇਆ ਉਹਨੂੰ, ਤੇ ਕਰਦੀ ਹੁਣ ਉਦਾਂ ਹੀ ਹੈ ਡੈਡੀ। ਉਹ ਦਰਵਾਜ਼ੇ ਨੇ ਚੁੱਕਿਆ ਜਾਣੇ, ਸਗੋਂ ਬੇੜਾ ਕਰ ਕਰਕੇ ਬਹਿ ਗਏ, ਨਠਾ ਕਰਨਾ ਵਾ ਡੈਡੀ ਨੇ। ਆਪੇ ਕਿਹਾ ਨੀ ਮਾਰ ਵਿਧਾਨ, ਬੜਾ ਕਹਿੰਦੀ।
क्या चाह पी लो ਦਾਦਾ ਨੂੰ ਕਹਿ ਭਾਵੇ ਰੋਪੇ ਚਾਹ ਪੀ ਲੋ ਰੋਡ ਚ ਸਮਝਦਾਰ ਵਾ ਹੁਣ ਉਧਰ ਜਾ ਕੇ ਕਰੂਗੀ ਹੁਣ ਉਧਰ ਜਾ ਕੇ ਕਰੂਗੀ ਫੇਰ ਲੱਗਣ ਲੱਗ ਗਿਆ ਮਾਰਿਆ ਕਹਿੰਦੀ ਮੈਂ ਮਾਰਿਆ ਕੋਨ ਲੱਗ ਰਹੇ ਹੁਣ
ਆਪਾਂ ਚੱਲੇ ਮੰਮੀ ਦੀ ਦਵਾਈ ਲੈਣ ਵਾਸਤੇ ਤੇ ਹਰਬਨ ਨੂੰ ਨਾਲ ਲੈ ਲਿਆ ਇੱਥੇ ਲਾਗੇ ਹੋਸਪਿਟਲ ਉੱਥੇ ਚੱਲ ਜਾਣਾ ਆ ਸੰਦੀਪ ਬਾਹਰ ਖਲੋਤੀ ਸੰਦੀਪ ਰਹੂਗੀ ਇਕੱਲੀ ਬਾਏ ਬਾਏ ਮੈਂ ਸੋਚੀ ਬਾਈ ਇਹਨੂੰ ਪਤਾ ਨਹੀਂ ਕੋ ਵੀਡੀਓ ਬਣ ਰਹੀ ਹੈ ਇੱਥੇ ਮੰਮੀ ਵੀ ਜੁੱਤੀ ਪਾਉਣ ਡਈ ਇਹਨੂੰ ਹੁਣ ਆ ਗਏ ਮੰਮੀ ਦੀ ਦਵਾਈ ਲੈ ਕੇ ਅਤੇ ਵੀਡੀਓ ਉੱਥੇ ਬੜੀ ਡੀ ਤੰਗ ਕਰਨ ਜਲਦੀ ਜਲਦੀ ਆ ਗਏ ਕਦੇ ਜਿਵੇਂ ਸਤਾਈ ਜਾਣ ਡੀ ਵਾ ਕਦੀ ਕੁਛ ਤਾਂ ਕਦੀ ਕੁਛ ਦੁੱਧ ਨਹੀਂ ਪੀਂਦੀ ਹੱਥ ਨਹੀਂ ਚੱਲੇ ਰਹਿੰਦੇ ਦੁੱਧ ਪੀ ਲੈ ਹਰ ਮਾਰਨਾ ਪਹਿਲਾਂ ਹੈ ਇਹ ਹੁਣ ਮੋਬਾਈਲ ਫੜੀ ਜਾਂਦੀ ਆ ਪੈਰ ਮਾਰੀ ਜਾਂਦੀ ਆ ਜਾ ਜਾ ਵਿਖਾ ਕਿਆ ਕਿਆ ਮੇਰਾ ਨਵਾਂ ਛੁੱਟੂ ਠੀਕ ਹੈ ਨਵਾਂ ਛੁੱਟੂ ਜੀ ਉੱਥੇ ਉੱਥੇ ਉਹਨਾਂ ਨੇ ਪੁੱਛਿਆ ਨਾ ਕਿਹੜਾ ਲੈਣਾ ਤੇ ਕਹਿੰਦੀ ਆ ਹੋਰ ਥੱਲਿਓ ਲਾਉਣ ਡੈ ਵੀ ਨੇ ਪੁੱਠਾ ਲਾਉਣ ਡੀ ਨਾ ਲਾਉਣ ਡਈ ਆ ਉਹ ਪੁੱਠਾ ਲਾਉਣ ਡਈ ਮੰਮੀ ਆ ਜਿਹੜੇ ਕਰੇਲੇ ਆ ਇਹ ਆਪਣੇ ਤਾਂ ਪਲਾਟ 'ਚ ਨਾ ਦਿਆ ਵੀ ਸ਼ੁਕਰ ਆ ਕਿਤੇ ਹੁਣ ਕਰੇਲੇ ਵੀ ਕਿਤੇ ਮਾਸਾ ਵੱਡੇ ਲੱਥੇ ਕਦੇ ਐਵੇਂ ਚੂਚੇ ਚੂਚੇ ਜਿਹੇ ਕਰੇਲੇ ਆਹ ਬੱਲੇ ਬੱਲੇ ਲਿਆ ਕਿਹੜੇ ਕਿਹੜੇ ਵੱਡੇ ਹੈ ਨਾ ਐਰਕਾ ਕਰੇਲੇ ਚੱਲ ਹੁਣ ਥੋੜ੍ਹੇ ਠੀਕ ਹੈ ਧਿਆਨ ਨਾਲ ਉਹ ਹਰਿਆ ਰਹਿਣਾ ਲੱਗ ਜੇ ਹਾਂਜੀ ਮੰਮੀ ਠੀਕ ਹੈ ਆਹ ਤੇ ਜਿਹੜੇ ਤੈਨੂੰ ਦੱਸਿਆ ਆ ਉਧਰੋਂ ਮਿਲੇ ਆ ਕੋਈ ਨਾ ਕੋਈ ਨਾ ਕੋਈ ਨਾ ਆ ਗਏ ਪ੍ਰਮੋਸ਼ਨ ਤਾਂ ਜੀ ਕੋਟ ਆਉਂਦਾ ਜੀ ਨਾ ਆਹ ਚੇਂਜ ਕਰਕੇ ਮੰਮੀ ਲੈ ਜੀ ਲੈ ਹੋਰ ਪੂਰਾ ਸੂਟ 500 ਦਾ ਵਲੋਗ 'ਚ ਵੇਖ ਲਈ ਉਹਨੇ ਖੁਦ ਬੋਲਿਆ ਵਾ ਕਿ ਬੰਦੇ ਨੇ ਨਹੀਂ ਨਹੀਂ ਉਹ ਫਿਰ ਤੈਨੂੰ ਪਤਾ ਅੰਦਰੋਂ ਕੈਂਚੀ ਨਾਲ ਕੱਟ ਜੂ ਦਿੱਤਾ ਹੈ ਉਹ ਇਕੱਲਾ ਕੁੜਤਾ 500 ਦਾ ਸੀ ਨਾ ਦੇ ਦਿਓ ਹੋਰ ਖਾਣ ਨੂੰ ਦੇ ਮੰਮੀ ਉਹਨੂੰ ਉਹ ਕਹਿੰਦਾ ਮਾਲ ਹੀ ਕੱਲ੍ਹ ਲਿਆਂਦਾ ਖਾਓ ਨਹੀਂ ਉਹ 'ਚੋਂ ਦੇ ਦੇਣਾ ਜਿਹੜਾ ਨਹੀਂ ਸਹੀ ਹੈਗਾ ਜਿਹੜਾ ਖਰਾਬ ਹੈ ਕਰੇਲਾ ਉਹ ਦੇ ਦੇ ਆਹ ਦੇ ਦੇਣਾ ਯਾਰ ਅੱਛਾ ਕਰਦ ਮੰਗਣ ਦੀ ਕਰਦ ਦੇ ਮੈਂ ਪਤਾ ਨਹੀਂ ਕੀ ਮੰਗਣ ਡਈ ਰੋਣਾ ਪਾਇਆ ਸੀ ਕੁੜੀ ਨੇ ਠੀਕ ਹੈ 500 ਦੀ ਤਾਂ ਆਮ ਸਵਾਈ ਲੱਗ ਜਾਂਦੀ ਆ ਹੈਂ ਸਹੀ ਹੈ ਉਹਨੇ ਵਲੋਗ ਦੇ ਵਿੱਚ ਰੇਟ ਦੱਸਿਆ ਕਿ ਰੇਟ ਦੱਸੇ ਸਾਰੇ ਵਲੋਗਾਂ 'ਚ ਦੱਸੇ ਹੋਰ ਕੀ ਸਹੀ
ਸੂਟ ਨਹੀਂ ਇਹਨੂੰ ਕੀ ਕਹਿ ਦਿੰਦੇ ਯਾਰ ਆ ਲੋਅਰ ਤੇ ਇੱਕ ਟੀ ਸ਼ਰਟ ਹਨਾ ਤੇ ਕਾ ਮੰਮੀ ਸਹੀ ਹੈ ਨਾ ਇਹ ਜਿਹੜਾ ਮਤਲਬ ਹੁਣ ਉਹ ਵਾਪਸ ਤੇ ਹੋਣੀ ਨੀ ਦੁਪੱਟਾ ਤੇ ਮੰਮੀ ਲੋਅਰ ਜਿਹਾ ਜਿਹੜਾ ਉਹ ਆ ਪਲਾਜੋ ਜਿਹਾ ਜਿਹੜਾ ਇਹਨੇ ਫਿਰ ਉਹਦੇ ਨਾਲ ਮੈਚਿੰਗ ਕਰਕੇ ਲੈ ਲਈਏ ਠੀਕ ਆ ਕੰਮ ਤੇ ਚੰਗਾ ਤੇਜ਼ ਹਵਾ ਚੰਗੀ ਤੇਜ਼ ਕਰਤੀ ਹੈ ਤੇ ਮੈਂ ਬਾਹਰ ਨਿਕਲ ਕੇ ਮਾਸਾ ਵਲੌਗਿੰਗ ਕਰ ਲਈਏ ਕੁੜੀ ਦੇ ਨਾ ਪੈਰ ਦੇ ਉੱਤੇ ਕਾਢਾ ਲੜ ਗਿਆ ਉਹਨੇ ਲੜਿਆ ਤੇ ਉਹਨੇ ਦੰਦੀ ਜੀ ਵੜਤੀ ਬੜੀ ਘੁੱਟ ਕੇ ਕਾਢੇ ਕਾਢੇ ਇਹਨੇ ਨਾ ਬੁਰਕੀ ਕੱਢਤੀ ਵਿਚਾਰ ਦੇ ਪੈਰ ਚ ਆ ਪੀ ਹੋਈ ਸੀ ਤੇ ਤੂੰ ਕਾਢੇ ਲੱਗ ਗਈ ਕੀ ਕਰਨ ਗਈ ਮੈਨੂੰ ਇਹ ਦੱਸ ਪਹਿਲਾਂ ਹੈ ਚੀਜੀ ਮੰਗਣ ਡਈ ਹੈਗੇ ਵਿਚਾਰੀ ਹੁਣ ਹਨੇਰੀ ਵੀ ਆਉਣੀ ਮੈਨੂੰ ਲੱਗਣਾ ਬਾਰਿਸ਼ ਆਉਣ ਲੱਗ ਪਈ ਬਾਹਰ ਹੈ ਲਓ ਜੀ ਹਨੇਰੀ ਆਉਣ ਲੱਗ ਪਈ ਇਸੇ ਖੁਸ਼ੀ ਦੇ ਵਿੱਚ ਅਤੇ ਢੋਲ ਲਗਾ ਵਜਾਉਣ ਸੋ ਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਕੀ ਕਹਿਣ ਡੇ ਤੁਸੀਂ ਮਹਾਰਾਜ ਹਾਂਜੀ ਅੱਛਾ ਅੱਛਾ ਕਿੱਦਾਂ ਢੋਲ ਵੱਜਦਾ ਬੋਲ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਓਕੇ ਬਾਏ ਓਕੇ ਬਾਏ ਓਕੇ ਬਾਏ ਠੀਕ ਹੈ ਤੁਸੀਂ ਦਵਾਈ ਖਾਓ